ਵਾਲੇ ਜਿਹਦਾ ਆਪਾਂ ਨੂੰ ਮਾਣ ਹੈ ਕਿ ਬਾਬਾ ਕਰਮ ਸਿੰਘ ਸਾਹਿਬ ਮਾਰਗ ਤੋਂ ਹੋਟੀ ਲੈ ਕੇ ਆਇਆ ਨਾ ਇੱਥੇ। ਕੋਈ ਕਿਸੇ ਦੀ ਵਸਤੂ ਕਿੱਥੋਂ ਲੈ ਕੇ ਆ ਜੇ ਆਪਾਂ ਨੂੰ ਮਾਣ ਹੁੰਦਾ। ਮਹਾਰਾਜ ਉਹ ਵਸਤੂ ਲੈ ਕੇ ਹਨ ਜਿਹੜੀ ਰਾਜੇ ਜਨਕ ਵਾਲੀ ਗੁਰੂ ਰਾਮਦਾਸ ਮਹਾਰਾਜ ਜੀ ਨਗਰੀ 'ਚੋਂ ਬ੍ਰਹਮ ਗਿਆਨੀ ਮਹਾਤਮਾ ਲਿਆਉਂਦੇ ਹਨ। ਬਾਬਾ ਕਰਮ ਸਿੰਘ ਸਾਹਿਬ ਦੇ ਹੱਥੇ ਵਸਤੂ ਆ ਗਈ ਸੀ ਸਾਸੂ ਸੰਤ ਬਾਬਾ ਤਰਸਿੰਘ ਜੀ ਰੇਰੂ ਸਾਹਿਬ ਵਾਲਿਆਂ ਕੋਲ। ਜਦੋਂ ਬਾਬਾ ਆਇਆ ਸਿੰਘ ਮਹਾਰਾਜ ਆਏ ਸਨ ਹੋਟੀ ਤੋਂ, ਤਾਂ ਮਹਾਰਾਜ ਸੰਤ ਬਾਬਾ ਤਰਸਿੰਘ ਜੀ ਦੀ ਮਹਿਕ ਸੁਣੀ, ਕਹਿੰਦੇ ਫੌਜੀ ਹੈ ਸੰਤ ਬਾਬਾ ਤਰਸਿੰਘ ਜੀ, ਰਿਟਾਇਰਡ ਹੋਇਆ, ਬਹੁਤ ਸੇਵਾ ਕਰਦਾ, ਸੰਗਤ ਨੂੰ ਪ੍ਰੇਰਦਾ ਬਹੁਤ ਹੈ, ਕਹਿੰਦੇ ਮਿਲ ਕੇ ਆਉਂਦੇ ਹਾਂ। ਕਿੱਥੇ ਦੇਖ ਲਓ ਸਾਸਨ ਪਾਕਿਸਤਾਨ ਬਣਿਆ ਹੁਣ ਤਾਂ, ਕਿੱਥੇ ਮਹਾਰਾਜ ਬਾਬਾ ਆਇਆ ਸਿੰਘ ਮਹਾਰਾਜ ਸੰਤ ਬਾਬਾ ਅਤਰ ਸਿੰਘ ਮਹਾਰਾਜ ਕੋਲ ਆਉਂਦੇ ਆ। ਸੰਤ ਬਾਬਾ ਅਤਰ ਸਿੰਘ ਮਹਾਰਾਜ ਬਾਬਾ ਆਇਆ ਸਿੰਘ ਮਹਾਰਾਜ ਨੂੰ ਆਪ ਬੱਗੀ ਪਾਸੇ ਕਰਕੇ ਬੱਗੀ ਦੀ ਜਗ੍ਹਾ ਮਹਾਰਾਜ ਆਪ ਲੱਗਦੇ ਹਨ ਸਾਧਸੰਗਤ। ਜਦੋਂ ਆਪ ਲੱਗਦੇ ਹਨ ਤਾਂ ਬਾਬਾ ਆਇਆ ਸਿੰਘ ਮਹਾਰਾਜ ਕਹਿੰਦੇ ਅਤਰ ਸਿੰਘ ਇੱਦਾਂ ਨਾ ਕਰ, ਕਹਿੰਦੇ ਨਹੀਂ ਸਾਹਿਬ ਜੀ, ਆਪ ਜੀ ਹੋਟੀ ਦਿਓ, ਇਹ ਮੇਰਾ ਫਰਜ਼ ਹੈ, ਆਪ ਦਾ ਜਿਹੜਾ ਆਉਣਾ ਸਾਡੀ ਧਰਤੀ ਪਵਿੱਤਰ ਕਰਨਾ। ਬਾਬਾ ਆਇਆ ਸਿੰਘ ਮਹਾਰਾਜ ਬੱਗੀ 'ਚ ਬਹਿ ਗਏ ਔਰ ਸੰਤ ਬਾਬਾ ਹਰ ਸਿੰਘ ਜੀ ਬੱਗੀ 'ਚ ਲਿਆ ਕੇ ਆਪਣੇ ਸਥਾਨ ਰੇਰੂ ਸਾਹਿਬ ਲੈ ਕੇ ਆਏ ਸਤਸੰਗ। ਪੂਰਾ ਸਾਹਿਬ ਕਹਿ ਲਓ, ਗੋਖੇ ਦੀ ਛੱਪੜੀ ਕਹਿ ਲਓ, ਰੇਰੂ ਸਾਹਿਬ ਕੋਲ ਇੱਕੋ ਹੀ ਸਥਾਨ ਹੈ ਮਹਾਰਾਜ ਸੰਤ ਬਾਬਾ ਹਰ ਸਿੰਘ ਜੀ, ਜਿੱਥੇ ਰਾਮਪੁਰ ਪਾਤਸ਼ਾਹੀ ਦਸਵੀਂ ਹੈ, ਬਹੁਤਾ ਦੂਰ ਨਹੀਂ ਹੈ, ਨੇੜੇ ਹੀ ਹੈ। ਤਾਂ ਬਾਬਾ ਆਇਆ ਸਿੰਘ ਮਹਾਰਾਜ ਨੇ ਦੇਖਿਆ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਆਪ ਸੇਵਾ ਕਰਦੇ ਹਨ, ਆਪ ਹੀ ਲੰਗਰ ਵਰਤਾਉਂਦੇ ਹਨ, ਆਪ ਹੀ ਖੇਤੀ ਕਰਦੇ ਹਨ, ਸਵੇਰੇ 2 ਵਜੇ ਉੱਠ ਕੇ 6 ਵਜੇ ਤੱਕ ਸਮਾਧੀ ਲਾਉਂਦੇ ਹਨ। ਲਗਾਤਾਰ 15-20 ਦਿਨ ਦੇਖਿਆ। ਜਦੋਂ ਜਾਣ ਲੱਗੇ ਕਹਿੰਦੇ ਮਹਾਰਾਜ ਸੰਤ ਬਾਬਾ ਅਤਰ ਸਿੰਘ ਨੂੰ, ਕਹਿੰਦੇ ਅਤਰ ਸਿੰਘ ਹੁਣ ਜਾਣਾ ਵਾਪਸ ਪਾਕਿਸਤਾਨ, ਵੀ ਆਪਣੇ ਸਥਾਨ ਹੋਤੀ ਮਰਦਾਂ। ਕਹਿੰਦੇ ਮਹਾਰਾਜ ਆਪ ਜੀ ਜਿਵੇਂ ਚਾਹੁੰਦੇ ਉਵੇਂ ਕਰ ਲਓ, ਸਾਧ ਕੀ ਮਹਿਮਾ ਵੇਦਨਾ ਜਾਣੇ, ਜੇਤਾ ਸੁਣੇ ਚੇਤਾ ਵਿਖਿਆ ਨੇ। ਇੱਕ ਥਾਂ 'ਤੇ ਮਹਾਰਾਜ ਕਹਿੰਦੇ ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਪਾਈ। ਜਦੋਂ ਸੰਤ ਬਾਬਾ ਆਇਆ ਸਿੰਘ ਮਹਾਰਾਜ ਨੇ ਕਿਹਾ, ਕਹਿੰਦੇ ਅਤਰ ਸਿੰਘ ਕੁਛ ਮੰਗ ਲਓ। ਕਹਿੰਦੇ ਮਹਾਰਾਜ ਆਪ ਦਾ ਦਿੱਤਾ ਬਹੁਤ ਕੁਛ ਹੈ। ਕਹਿੰਦੇ ਨਹੀਂ, ਕੁਛ ਮੰਗ ਲਓ, ਹੋਟੀ ਤੁਹਾਡੇ 'ਤੇ ਮਿਹਰਬਾਨ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਅੰਗਦ ਦੇਵ ਮਹਾਰਾਜ ਟੁੱਟ ਪਏ ਸਨ, ਤਾਂ ਮਹਾਰਾਜ ਸੰਤ ਬਾਬਾ ਆਇਆ ਸਿੰਘ ਮਹਾਰਾਜ ਕੋਲ ਸੰਤ ਬਾਬਾ ਅਤਰ ਸਿੰਘ ਨੇ ਕਿਹਾ, ਕਹਿੰਦੇ ਮਹਾਰਾਜ ਜੀ ਆਪ ਦਿਆਲ ਹੋਇਓ, ਮੇਰੀ ਭੋਰੇ ਨਾਲ ਨਿਭ ਜਾਵੇ ਜਿਹੜਾ ਮੈਂ ਭੋਰਾ ਬਣਾਇਆ, ਜਿੱਥੇ ਮਰਦ ਅੱਜ ਵੀ ਭੋਰਾ ਸਾਹਿਬ ਬਣਿਆ। ਤਾਂ ਬਾਬਾ ਆਇਆ ਸਿੰਘ ਮਹਾਰਾਜ ਨੇ ਇਹ ਮੁਖਾਰ ਬਿੰਦ ਤੋਂ ਵਚਨ ਕਰ ਦਿੱਤੇ, ਕਹਿੰਦੇ ਅੱਜ ਤੋਂ ਬਾਅਦ ਹੋਤੀ ਤੇਰੇ ਕੋਲ ਆ ਗਏ, ਜਿਹੜੀ ਗੁਰੂ ਰਾਮਦਾਸ ਮਹਾਰਾਜ ਦੀ ਰਾਜੇ ਜਨਕ ਦੀ ਟਕਸਾਲ ਹੈ। ਕਹਿੰਦੇ ਅੱਜ ਤੋਂ ਬਾਅਦ ਹੋਤੀ ਤੇਰੇ ਕੋਲ ਆ ਗਈ। ਬਾਬਾ ਆਇਆ ਸਿੰਘ ਮਹਾਰਾਜ ਦੇ ਬਚਨ ਹੋ ਗਏ ਪੜੋ ਪ੍ਰੇਮ ਨਾਲ, ਸਾਧੂ ਦੇ ਬਚਨ ਕਦੀ ਬਿਰਥੇ ਨਹੀਂ ਜਾਂਦੇ। ਦੇਖ ਲਓ ਸਾਧੂ ਬਿਰਥੇ ਨਾ ਜਾਂਦੇ ਜੀ, ਬੋਲੇ ਹੋਏ ਬਚਨ ਸਾਧ ਦੇ, ਬਿਰਥੇ ਨਾ ਜਾਂਦੇ ਜੀ, ਕੀਤੇ ਹੋਏ ਬਚਨ ਸਾਧ ਦੇ। ਸੰਤਾਂ ਦੇ ਫਿਰਦੇ ਨਾ ਜਾਂਦੇ ਜੀ, ਕੀਤੇ ਹੋਏ ਵਚਨ ਸੰਤਾਂ ਦੇ।